ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜੱਗੀ ਖਾਈ ਵਾਲਾ, ਯੂਰਪ ਜੂਨੀਅਰ ਹੰਗਰੀ ਦੇ ਵਿੱਚ। ਆਹ ਤੁਸੀਂ ਦੇਖ ਰਹੇ ਹੋ ਪਿੱਛੇ ਮੱਕੀ ਹੋਈ ਆ, ਦੇਖੋ ਕਿੱਡੀਆਂ ਵਧੀਆ ਵਧੀਆ ਛਲੀਆਂ, ਹੈ ਨਾ। ਆਹ ਸਾਰੀਆਂ ਮੱਕ ਬੀਜਿਆ ਹੋਇਆ, ਅਤੇ ਦੂਸਰੀ ਸਾਈਡ ਵੀ ਆ, ਇੱਧਰਲੀ ਸਾਈਡ, ਹੈ ਨਾ। ਤੁਸੀਂ ਦਿਖਾਉਣਾ ਛਲੀ ਕਿੰਨੀ ਘੈਂਟ, ਹੈ ਨਾ। ਮਤਲਬ ਇੱਥੇ ਹਰ ਫਸਲ ਹੋ ਸਕਦੀ ਆ, ਪਰ ਆਪਣੇ ਵਾਂਗੂ ਆਹ ਤੁਸੀਂ ਦੇਖ ਸਕਦੇ ਹੋ ਵੀ ਗੰਢੇ ਬੀਜੇ ਹੋਏ ਆ, ਦੇ ਚੁਗੇ ਹੋਏ ਆ ਕੁਛ ਕੁ, ਅਤੇ ਖਰਾਬ ਹੋਏ ਹੋਏ ਜਿਹੜੇ ਛੱਡੇ ਹੋਏ ਆ, ਬਹੁਤ ਹੱਦ ਤੱਕ ਚੁਗੇ ਹੋਏ ਆ, ਹੈ ਨਾ। ਆ ਚਿੱਟੇ ਰੰਗ ਦੇ ਆ, ਜਿਹੜੇ ਚਿੱਟੇ ਰੰਗ ਦੇ ਆ ਉਹ ਚੁਗੇ ਹੋਏ ਆ। ਆਹ ਦੇਖੋ ਪੱਟ ਕੇ ਰੱਖ ਗਏ ਆ, ਹੈ ਨਾ, ਤੁਸੀਂ ਦੇਖ ਸਕਦੇ ਹੋ। ਆਹ ਦੇ ਗੰਢੇ ਐਂ ਪੂਰੇ ਦੂਰ ਤੱਕ, ਜਿਵੇਂ ਆਪਣੇ ਸਿਆੜ ਪਾਏ ਹੁੰਦੇ ਆ ਉਸ ਤਰ੍ਹਾਂ ਦੇ ਸਿਆੜ ਪਾਏ ਹੋਏ ਆ। ਆ ਗੰਢੇ ਦੇਖੋ ਕਿੰਨੇ ਸੋਹਣੇ ਆ, ਆ ਚਿੱਟੇ ਰੰਗ ਦੇ ਗੰਢੇ ਹੈਂ। ਆ ਦੇਖੋ ਇੱਥੇ ਵਰਾਇਟੀ ਵੱਖਰੀ ਆ, ਆ ਵੀ ਚਿੱਟੇ ਰੰਗ ਦੇ ਗੰਢੇ ਆ ਇੱਥੇ। ਆ ਸਾਰੇ ਦੇਖੋ ਜੀ ਉਹ ਚਿੱਟੇ ਜਿਹੇ ਪਏ ਆ ਜਿਹੜੇ ਗੰਢੇ ਆ। ਆ ਦੇਖੋ ਗੰਢੇ ਸਾਰੇ ਗੰਢੇ ਆ ਇਧਰਲੀ ਸਾਈਡ, ਉਹ ਤੁਸੀਂ ਦੇਖ ਸਕਦੇ ਹੋ, ਉਹ ਤੁਰਿਆ ਜਾਂਦਾ ਰੋਜ਼। ਆ ਪਰਲੇ ਪਾਸੇ ਕਣਕ ਸੀਗੀ ਜਿਹੜੀ ਵੱਢੀ ਜਾ ਚੁੱਕੀ ਆ, ਇੱਧਰਲੀ ਸਾਈਡ ਤੁਸੀਂ ਦੇਖ ਸਕਦੇ ਵੀ, ਹੈ ਨਾ, ਗੰਢੇ ਬੀਜੇ ਹੋਏ ਇਹਨਾਂ ਦੇ ਸੀਗੇ, ਅਤੇ ਹੁਣ ਇਹਨਾਂ ਦੀ ਪਟਾਈ ਚੱਲ ਰਹੀ ਆ ਗੰਢਿਆਂ ਦੀ। ਅਤੇ ਉਹ ਤੁਸੀਂ ਦੇਖ ਸਕਦੇ ਪਿੱਛੇ ਟਰੈਕਟਰ ਖੜ੍ਹਾ ਗਾ ਵਾਹਣ ਦੇ ਵਿੱਚ, ਅਤੇ ਪਾਣੀ ਵਾਲੀ ਮਸ਼ੀਨ ਜਿਹੜੀ ਕਿ ਇਹਨੂੰ ਮਤਲਬ ਸੀਚਦੀ ਆ, ਜਿਹੜੀ ਇਹ ਸਾਈਡਾਂ ਤੋਂ ਐਂ ਟੈਂਕੀ ਲਾ ਦਿੰਦੇ ਆ। ਅਤੇ ਉਹ ਆਹ ਤੁਸੀਂ ਦੇਖ ਸਕਦੇ ਕੀ ਸੋਹਣੇ ਗੰਢੇ ਆ ਦੋਸਤੋ। ਆ ਰਾਹ ਸੀਗਾ ਆਪਾਂ, ਮੈਂ ਰਾਹ ਲੰਘਦਾ ਸੀਗਾ ਅਤੇ ਮੇਰੀ ਨਿਗਾਹ ਪਈ, ਮੈਂ ਕਿਹਾ ਅਤੇ ਆਹ ਚਿੱਟੇ ਜਿਹੇ ਕੀ ਆ, ਮੈਂ ਕਿਹਾ ਅਤੇ ਲਸਣ ਬੀਜਿਆ ਹੋਇਆ, ਹੈ ਨਾ, ਅਤੇ ਲਸਣ ਨਹੀਂ ਸੀਗਾ, ਗੰਢੇ ਸੀਗੇ ਆ ਤੁਸੀਂ ਦੇਖ ਸਕਦੇ ਹੋ। ਅਤੇ ਜਿਵੇਂ ਕਹਿ ਦਈਏ ਵੀ ਇੱਥੇ ਵੀ ਖੇਤੀ ਹੁੰਦੀ ਹੈ, ਇੱਥੇ ਥੋੜ੍ਹੇ ਜਿਹੇ ਫਰਕ ਨਾਲ ਮਿਰਚਾਂ ਬੀਜੀਆਂ ਹੋਈਆਂ, ਥੋੜ੍ਹੇ ਜਿਹੇ ਫਰਕ ਨਾਲ। ਅਤੇ ਹਰ ਫਸਲ ਜਾਂਦੀ ਆ, ਪਾਣੀ ਦੀ ਇੱਥੇ ਕੋਈ ਘਾਟ ਨਹੀਂ ਗੀ। ਮੈਂ ਇਹਨੂੰ ਗੰਢਿਆਂ ਨੂੰ ਕਿਸੇ ਪਾਸਿਓਂ ਪਾਣੀ ਨਹੀਂ ਲਾਇਆ ਹੋਇਆ ਦੂਰ ਤੱਕ, ਜਿਵੇਂ ਆਪਾਂ ਕਹਿ ਦਈਏ ਵੀ ਜਦੋਂ ਫੱਕ ਲਾ ਦਈਏ, ਫੱਕ ਲਾਉਣ ਤੋਂ ਬਾਅਦ ਕੋਈ ਪਾਣੀ ਦੀ ਲੋੜ, ਕਦੇ ਕਿਸੇ ਚੀਜ਼ ਦੀ ਇੱਥੇ ਪਾਣੀ ਦੀ ਲੋੜ ਨਹੀਂ ਪਈ, ਕਿਉਂਕਿ ਧਰਤੀ ਦੇ ਵਿੱਚ ਸੈਲੀ ਇੰਨੀ ਆ ਇੱਥੇ ਵੀ ਆਟੋਮੈਟਿਕਲੀ, ਜਿਵੇਂ ਕਹਿ ਦਈਏ ਵੀ ਇਹਨਾਂ ਦੇ ਜਿਹੜਾ ਪਰਮਾਤਮਾ ਕਹਿ ਲਈਏ ਜਿਹਨੂੰ ਮੰਨਦੇ ਆ, ਉਹਦੀ ਹੀ ਇੰਨੀ ਕਿਰਪਾ, ਜਾਂ ਕਹਿ ਦਈਏ ਵੀ ਇੱਥੋਂ ਧਰਤ ਕੋਈ ਇਹੋ ਜਿਹੀ ਆ ਵੀ ਇੱਥੇ ਹਰ ਫਸਲ ਵਧੀਆ ਤਰੀਕੇ ਨਾਲ ਹੋ ਜਾਂਦੀ ਆ, ਇਹਨਾਂ ਨੂੰ ਕੋਈ ਖਾਦ ਵੀ ਨਹੀਂ ਪਾਉਣੀ ਪੈਂਦੀ, ਰੇਹ ਸਪਰੇਅ ਨਹੀਂ ਕਰਨੀ ਪੈਂਦੀ, ਆਪਣੇ ਆਪ ਹੀ ਬਹੁਤ ਸ਼ੁੱਧ ਅਤੇ ਸਾਫ਼ ਫਸਲ ਹੋ ਜਾਂਦੀ ਆ। ਅਤੇ ਪੰਜਾਬ ਦੇ ਵਿੱਚ ਵੀ ਪਹਿਲਾਂ ਇਹੋ ਜਿਹੀਆਂ ਫਸਲਾਂ ਹੁੰਦੀਆਂ ਸੀ, ਕਿਉਂਕਿ ਪਾਣੀ ਸੀਗਾ, ਪਾਣੀ ਦਾ ਸਤਰ ਜਦੋਂ ਜਦੋਂ ਘਟਦਾ ਗਿਆ ਅਤੇ ਹਰ ਫਸਲ, ਹੈ ਨਾ, ਤਬਾਹ ਹੁੰਦੀ ਗਈ, ਰੇਹਾਂ ਸਪਰੇਹਾਂ ਹੋਣ ਲੱਗ ਗਈਆਂ। ਇਹ ਜ਼ਿਆਦਾਤਰ ਰੇਹ ਸਰ ਜੇ ਸਪਰੇਅ ਵੀ ਕਰਨੀ ਆ ਜਾਂ ਰੇਹ ਵੀ ਥੋੜ੍ਹਾ ਬਹੁਤ ਪਾਉਣਾ, ਉਹ ਵੀ ਦੇਖ ਸਕਦੇ ਹੋ ਜ਼ਿਆਦਾਤਰ ਇਹਨਾਂ ਦੀਆਂ ਵੀਡੀਓ ਵਗੈਰਾ, ਅਤੇ ਜ਼ਿਆਦਾਤਰ ਰੇਹ ਵੀ ਪਾਉਣਾ, ਉਹ ਵੀ ਕਹਿ ਦਈਏ ਘੋਲ ਕੇ ਪਾਉਣਾ ਗਾ, ਛਿੜਕਾਅ ਕਰਨਾ ਉਹਦਾ ਰੇਹ ਦਾ, ਨਾ ਕਿ ਆਪਣੇ ਵਾਂਗੂ ਬੋਰੀ ਲਾ ਤੀ, ਦੋ ਬੋਰੀਆਂ ਲਾ ਤੀਆਂ, ਤਿੰਨ ਲਾ ਤੀਆਂ, ਵੀ ਖਾਣੇ ਆਪਣੇ ਟੱਬਰਾਂ ਨੇ ਹੁੰਦੇ ਆ। ਗੰਢੇ ਵੀ ਹਰ ਫਸਲ, ਹੁਣ ਦੇਖ ਲਓ ਵੀ ਕੱਦੂਆਂ ਦੇ ਵਿੱਚ ਕੀ ਹਾਲ ਹੁੰਦਾ ਆ, ਆਹ ਦਿਨਾਂ ਦੇ ਵਿੱਚ ਸੀਜ਼ਨ ਗਰਮੀਆਂ ਦੇ ਵਿੱਚ
ਕੱਦੂਆਂ ਦੇ ਟੀਕੇ ਲਾ ਲਾ ਵੇਚੀ ਜਾਂਦੇ ਆ, ਜਾਂ ਕੋਈ ਜਿਹੜੀ ਉਹ ਇੱਕ ਸੇਵੀਆਂ ਜੀਆਂ ਵਾਲੀ ਸਪਰੇਅ ਆਉਂਦੀ ਆ ਉਹਨੂੰ ਘੋਲ ਕੇ ਉਹਦਾ ਛਿੜਕਾਅ ਕਰ ਦਿੰਦੇ ਆ ਹੱਥਣੇ, ਸਵੇਰ ਨੂੰ ਫਿਰ ਕੱਦੂ ਲੈਣ ਵਾਲਾ ਹੋ ਜਾਂਦਾ। ਵੀ ਖਾਊ ਕੌਣ, ਖਾਣਗੇ ਆਪਣੇ ਜਵਾਕ ਬੱਚੇ ਆਪਣੇ ਪਰਿਵਾਰ, ਨੁਕਸਾਨ ਕਿੰਨਾ ਹੈ ਨਾ। ਅਤੇ ਇਸੇ ਤਰ੍ਹਾਂ ਸ਼ੁੱਧ ਫਸਲ ਬੀਜਣ ਦੀ ਲੋੜ ਆ, ਕਿਉਂਕਿ ਇਹਨਾਂ ਗੋਰਿਆਂ ਨੂੰ ਸ਼ਾਇਦ ਪਹਿਲਾਂ ਹੀ ਅਕਲ ਆ ਗਈ ਵੀ ਅਸੀਂ ਕੈਮੀਕਲ ਵਾਲੀਆਂ ਫਸਲਾਂ ਨਹੀਂ। ਹੜ ਮਿਰਚਾਂ ਬੀਜੀਆਂ ਹੋਈਆਂ ਸੀ, ਮੈਂ ਤੁਹਾਨੂੰ ਦਿਖਾਉਣਾ। ਆਹ ਦੇਖੋ ਮਿਰਚਾਂ ਕਿੰਨੀਆਂ ਸੋਹਣੀਆਂ ਮਿਰਚਾਂ ਇੰਡੀਆ ਵਾਲੇ ਹਿਸਾਬ 'ਚ, ਠੀਕ ਹੈ। ਆਹ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ, ਛੋਟੀਆਂ ਛੋਟੀਆਂ ਹੋਈਆਂ ਅਤੇ ਇਹੀ ਵੱਡੀਆਂ ਹੋਣੀਆਂ। ਆਹ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ, ਠੀਕ ਆ। ਅਤੇ ਆਹ ਸਾਰੀਆਂ ਮਿਰਚਾਂ, ਇਹਨਾਂ ਦੀ ਗੋਡੀ ਹੁੰਦੀ ਆ, ਇਹਨਾਂ ਨੂੰ ਪਾਣੀ ਲਾਉਣ ਦਾ ਢੰਗ ਉਹ ਪਈ ਆ ਮਸ਼ੀਨ 'ਚ, ਜਿਹਦੇ ਨਾਲ ਪਾਣੀ ਲਾਉਂਦੇ ਆ ਇਹ ਛਿੜਕਾਅ ਕਰ ਦਿੰਦੇ ਆ। ਅਤੇ ਇਹ ਮਿਰਚਾਂ ਇੱਥੇ ਆਪਣੇ ਲੋਕ ਜਿਵੇਂ ਹੁਣ ਬਾਹਲੇ ਯੂਰਪ ਦੇ ਵਿੱਚ ਆਏ ਵਿਆ ਅਤੇ ਇਹਨਾਂ ਦੀ ਗੋਡੀ ਵਗੈਰਾ ਵੀ ਕਰਦੇ ਆ, ਅਤੇ ਕੱਖ ਕੱਢੇ ਪਏ ਆ ਕਰਦੇ ਆ, ਮਤਲਬ ਜਿਹਨੂੰ ਕਹਿ ਦਈਏ ਵੀ ਕੱਖ ਕੱਢਦੇ ਆ। ਅਤੇ ਇਹਦੀ ਤੁੜਾਈ ਵੀ ਹੁੰਦੀ ਆ, ਤੋੜਦੇ ਆ ਹੈ ਨਾ। ਅਤੇ ਅਜਿਹੀਆਂ ਫਸਲਾਂ ਇੱਥੇ ਯੂਰਪ ਦੇ ਵਿੱਚ ਹੈਗੀਆਂ ਜਿਹੜੀਆਂ ਕਿ ਇਹ ਬਹੁਤ ਢੰਗ ਨਾਲ, ਇਹਦੇ ਰੇਹ ਸਪਰੇਅ ਵੀ ਬਹੁਤ ਘੱਟ ਕਰਦੇ ਆ ਜਿਹਦੇ ਨਾਲ ਸ਼ੁੱਧ ਰਹਿੰਦੀਆਂ ਹੈ ਨਾ। ਅਤੇ ਆਹ ਤੁਸੀਂ ਦੇਖ ਸਕਦੇ ਪਿੱਛੇ ਖੇਤ ਆ ਸਾਰੇ, ਉੱਧਰ ਪਰਲੇ ਪਾਸੇ ਤੁਹਾਨੂੰ ਗੰਢੇ ਦਿਖਾਏ ਆ, ਇੱਧਰ ਮਿਰਚਾਂ ਹੋਈਆਂ, ਆਹ ਪਰੇ ਸੂਰਜਮੁਖੀ ਆ ਹੋਈ ਵੀ ਆ ਹੈ ਨਾ। ਅਤੇ ਇੱਧਰਲੀ ਸਾਈਡ ਤੁਹਾਨੂੰ ਦਿਖਾ ਦਿੰਦੇ ਹਾਂ ਪਰਲੇ ਵੀ, ਆਹ ਬਾਣ ਦੇ ਪਰਲੇ ਪਾਸੇ ਆ ਪਾਪੂਲਰ ਟੈਪ ਦਰੱਖਤ ਆ ਜਿਹੜੇ ਆਪਾਂ ਕਹਿੰਦੇ ਆਪਣੇ ਲੋਕਾਂ ਨੂੰ ਜ਼ਿਆਦਾਤਰ ਪਾਪੂਲਰ ਜੇ ਲਾਏ ਆ, ਉਹ ਇੱਧਰਲੇ ਦੇਸ਼ਾਂ ਦੇ ਦਰੱਖਤ ਸੀਗੇ ਜਾਂ ਕਹਿੰਦੇ ਪਹਾੜੀ ਦਰੱਖਤ ਜੇ ਸੀਗੇ ਜਿਹੜੇ ਆਪਣੇ ਲੋਕਾਂ ਨੇ ਐਵੇਂ ਹੀ ਲਾ ਤੇ ਹੈ ਨਾ, ਜਿਹੜੇ ਕਿ ਪਾਣੀ ਜ਼ਿਆਦਾ ਸੋਖਦੇ ਆ ਜ਼ਿਆਦਾਤਰ ਸਫਾਈ ਦੇ ਹੈ ਨਾ। ਆਹ ਦੇਖ ਸਕਦੇ ਹੋ ਕਿੰਨੀ ਸੋਹਣੀ ਹੈ ਨਾ ਲੱਗ ਰਹੀ ਆ ਸੂਰਜਮੁਖੀ ਮੌਸਮ ਦੇ ਹਿਸਾਬ ਨਾਲ। ਅਤੇ ਤੁਸੀਂ ਦੇਖ ਰਹੇ ਹੋ ਹੈ ਨਾ ਸਮਾਂ, ਅਤੇ ਬੱਦਲ ਹੋਏ ਆ ਅਤੇ ਇੱਧਰ ਮੱਕੀ ਹੋਈ ਆ। ਅਤੇ ਇਹਨਾਂ ਨੇ ਹਰ ਫਸਲ ਕਹਿ ਦਈਏ ਵੀ ਸਾਫ਼ ਸੁਥਰੀ ਅਤੇ ਰੇਹਾਂ ਸਪਰੇਆਂ ਤੋਂ ਰਹਿਤ ਬੀਜਦੇ ਆ, ਜਿਹਦਾ ਫਾਇਦਾ ਇਹ ਆ ਵੀ ਇਹਨਾਂ ਦੇ ਜਵਾਕ ਹੀ ਖਾਣਗੇ ਅਤੇ ਇਹਨਾਂ ਦੇ ਪਰਿਵਾਰ ਖਾਣਗੇ, ਅਤੇ ਕੱਲ੍ਹ ਨੂੰ ਨੁਕਸਾਨ ਤਾਂ ਨਾ ਹੋਊਗਾ, ਭਾਵੇਂ ਘੱਟ ਆਮਦਨ ਹੋ ਜਾਵੇ ਇਹਨਾਂ ਨੂੰ। ਆਹ ਦੇਖੋ ਵੀ ਇੱਥੇ ਮੱਚੇ ਹੋਏ ਆ ਹੈ ਨਾ ਬੂਟੇ, ਪਰ ਇਹਨਾਂ ਨੂੰ ਇਹ ਨਹੀਂ ਗਾ ਫਰਕ ਪੈਂਦਾ ਵੀ ਸਾਨੂੰ ਘੱਟ ਹੋਊਗੀ, ਇਹਨਾਂ ਨੂੰ ਇਹ ਹੁੰਦਾ ਗਾ ਵੀ ਯਾਰ ਅਸੀਂ ਆਪਦੀ ਕੁਆਂਟਿਟੀ ਜਿੰਨੀ ਕੁ ਦੇਣੀ ਆ ਸਾਡਾ ਸਰ ਜਾਂਦਾ, ਮਤਲਬ ਵਧੀਆ ਸਰ ਜਾਂਦਾ ਇਹਨਾਂ ਦਾ, ਲੰਘ ਜਾਂਦਾ ਟਾਈਮ। ਨਾਲੇ ਦੇਖ ਲਓ ਵੀ 6 ਮਹੀਨੇ ਫਸਲ ਹੁੰਦੀ ਹੈ ਇੱਥੇ, 6 ਮਹੀਨੇ ਨਹੀਂ ਹੁੰਦੀ। ਇੱਥੇ ਵੀ ਗਰੀਬੀ ਹੈਗੀ ਆ, ਬਹੁਤ ਸਾਰੇ ਕਿਸਾਨ ਆ ਜਿਹੜੇ ਵੀ ਗਰੀਬੀ ਰੇਖਾ ਦੇ ਵਿੱਚ ਵੀ ਹੈਗੇ ਆ ਜਿਹੜੇ ਛੋਟੀ ਕਿਸਾਨੀ ਕਰਦੇ ਆ। ਇਹ ਥੋੜ੍ਹਾ ਆ ਵੀ ਇੱਥੇ ਸਾਰੀ ਹੈ ਨਾ ਉਹ ਟ੍ਰੇਨ ਲੰਘਦੀ ਆ, ਤੁਸੀਂ ਪਿੱਛੇ ਦੇਖ ਸਕਦੇ ਹੋ। ਅਤੇ ਇੱਥੇ ਕਿਹੜਾ ਫਿਰ ਸਾਰੇ ਅਮੀਰ ਆ, ਜਿਵੇਂ ਕਹਿ ਦਈਏ ਵੀ ਬਹੁਤ ਸਾਰੇ ਲੋਕਾਂ ਦੇ ਆਪਣੇ ਇੰਡੀਆ ਦੇ ਵਿੱਚ ਭੁਲੇਖੇ ਆ ਵੀ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਤਕੜੇ ਆ, ਪੈਸੇ ਇੰਨੇ ਕਾ ਵੀ ਉਹ ਮਤਲਬ ਹੂੰਝਦੇ ਫਿਰਦੇ ਆ। ਇੱਥੇ ਵੀ ਗਰੀਬੀ ਹੈਗੀ ਆ ਦੋਸਤੋ, ਵੀ ਗਰੀਬ ਲੋਕ ਬਹੁਤ ਆ ਇੱਥੇ ਵੀ, ਜਿਵੇਂ ਇਹਨਾਂ ਦੀ ਇਨਕਮ ਆ ਉਸ ਜਿਹਾ ਸਾਧਨ ਆ ਜਾਂ ਕੰਮ ਨਹੀਂ ਕਰਦੇ ਜਾਂ ਜਿਹੜਾ ਕੋਈ ਸਮੱਸਿਆਵਾਂ ਉਹ ਆਪਣੇ ਇੰਡੀਆ ਦੇ ਵਿੱਚ ਵੀ ਆ, ਉੱਥੇ ਯੂਰਪ ਦੇ ਵਿੱਚ ਵੀ ਆ, ਉਹ ਕੈਨੇਡਾ ਦੇ ਵਿੱਚ ਵੀ ਆ, ਸਾਰੇ ਕੰਟਰੀਆਂ ਦੇ ਵਿੱਚ ਆ। ਜਿਹੜਾ ਮਿਹਨਤ ਕਰਦਾ ਉਹਨੂੰ ਹਰ ਕਿਤੇ ਹੀ ਹੈ ਨਾ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਜਿਹੜਾ ਮਿਹਨਤ ਨਹੀਂ ਕਰਦਾ ਸਿਰਫ ਖਾਣਾ ਹੀ ਆ,
ਬੈਠ ਕੇ ਮਾਂ ਪਿਓ ਦਾ ਕਿੰਨੇ ਕੁ ਸਾਲ ਆਪਾਂ ਖਾ ਸਕਦੇ ਹਾਂ ਪਰਿਵਾਰ ਦਾ, ਹੈ ਨਾ, ਅਤੇ ਉਹ ਕਿੰਨੇ ਕੁ ਸਾਲ ਤੱਕ ਰਹਿ ਸਕਦਾ, ਕਿੰਨੇ ਕੁ ਸਾਲ ਤੱਕ ਜਮ੍ਹਾਂ ਰਹਿ ਸਕਦਾ, ਖਤਮ ਇੱਕ ਦਿਨ ਹੋਣਾ ਹੀ ਹੋਣਾ ਹੁੰਦਾ। ਅਤੇ ਬਹੁਤ ਸਾਰੀਆਂ ਲੰਮਾਂ ਗੱਲਾਂ ਬਾਤਾਂ ਤੋਂ ਮੈਂ ਖਿਮਾ ਚਾਹੁੰਦਾ। ਮੈਂ ਤੁਹਾਡਾ ਜੱਗੀ ਖਾਈ ਵਾਲਾ, ਹਮੇਸ਼ਾ ਕੋਸ਼ਿਸ਼ ਕਰਦਾ ਵੀ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਸਕਾਂ। ਮੇਰੀ ਇੱਕ ਬੇਨਤੀ ਆ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਕਿਉਂਕਿ ਹੋਰ ਵੀਡੀਓ ਲੈ ਕੇ ਆ ਸਕੀਏ। ਜਦੋਂ ਕੋਈ ਵੀਡੀਓ ਸ਼ੇਅਰ ਨਹੀਂ ਨਾ ਹੁੰਦੀ, ਜੇ ਨਹੀਂ ਮਿਹਨਤ ਕੀਤੀ ਹੁੰਦੀ ਆ, ਉਹ ਕਹਿ ਦਈਏ ਵੀ ਮਿੱਟੀ ਹੋ ਜਾਂਦੀ ਆ। ਮੇਰੇ ਵਰਗੇ ਬਹੁਤ ਸਾਰੇ ਯੂਟਿਊਬਰ ਹੋਣਗੇ ਜਿਹੜੇ ਵਧੀਆ ਵੀਡੀਓ ਪਾਉਂਦੇ ਆ, ਬਹੁਤ ਸਾਰੇ ਅਜਿਹੇ ਵੀ ਆ ਵੀ ਐਵੇਂ ਆ, ਹੈ ਨਾ, ਤੁਸੀਂ ਬਹੁਤ ਸਾਰੀਆਂ ਬੀਬੀਆਂ ਆਪਾਂ ਘਰ ਵੇਖਦੇ ਹਾਂ ਵੀ ਗੰਦ ਮੰਦ ਗਾਲਾਂ ਇੱਕ ਦੂਜੇ ਨੂੰ ਕੱਢੀ ਜਾਂਦੇ ਆ, ਵੀ ਉਹਨਾਂ ਤੋਂ ਆਪਾਂ ਰਹਿਤ ਹੋ ਕੇ ਇੱਕ ਵਧੀਆ ਟੌਪਿਕ 'ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਹੁੰਦੀ ਆ। ਹੋਰ ਬਹੁਤ ਸਾਰੇ ਟੌਪਿਕ ਸੀਗੇ, ਕਿਉਂਕਿ ਉਹ ਰੋਕੀਏ ਬੈਠੇ ਹਾਂ, ਕਿਉਂਕਿ ਸ਼ੇਅਰ ਹੀ ਨਹੀਂ ਹੁੰਦੀ। ਵੀਡੀਓ 'ਤੇ ਮਿਹਨਤ ਕਰਨ ਦਾ ਫਾਇਦਾ ਤਾਂ ਹੀ ਹੈ ਵੀ ਜੇ ਸ਼ੇਅਰ ਹੋਵੇ ਅਤੇ ਵੀਵਰਸ ਤੱਕ ਸਾਰਿਆਂ ਤੱਕ ਪਹੁੰਚੇ। ਅਤੇ ਮੈਂ ਤੁਹਾਡਾ ਜੱਗੀ ਖਾਈ ਵਾਲਾ, ਸਤਿ ਸ਼੍ਰੀ ਅਕਾਲ ਜੀ।